ਜੀ ਸਾਡੀ ਤਾਂ ਆਹੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਵੀ ਜਦ ਤੋਂ ਵੀ ਇੱਥੋਂ ਮਕਾਨ ਪਾਇਆ ਜਦ ਤੇ ਬੁਰਾ ਹੀ ਹਾਲ ਹੈ ਸਾਡਾ ਸਾਰਾ ਕੱਪੜਾ ਭਿੱਜਦਾ ਨਾ ਕੋਈ ਖਾਣ ਪੀਣ ਦੀ ਚੀਜ਼ ਸਹੀ ਰਹਿੰਦੀ ਕਿਆ ਕਰੀਏ ਇਹਦਾ ਕੋਈ ਨਾ ਕੋਈ ਜਿੰਨਾ ਵੀ ਹੋ ਸਕਦਾ ਜਲਦੀ ਜਲਦੀ ਹੱਲ ਰਾਤ ਨੂੰ ਪਲੀਆਂ ਪਈਆਂ ਕੋਈ ਪਾਣੀ ਪਾਉਣ ਵੀ ਨਹੀਂ ਨਾ ਲੇਬਰ ਦਾ ਬੰਦਾ ਨਾ ਕੋਈ ਠੇਕੇਦਾਰ ਦਾ ਆਇਆ ਦੋ ਵਾਰੀ ਅਸੀਂ ਪਾਣੀ ਪਾਇਆ ਇੱਕ ਵਾਰੀ ਲੇਬਰ 'ਤੇ ਪਾਇਆ ਸਾਰਾ ਨਾ ਰੋਡ ਦਾ ਵੀ ਸਾਰਾ ਪੱਟੇ ਹੋਏ ਸਾਰਾ ਰੋਡ ਦਾ ਇਹਦਾ ਵੀ ਸਹੀ ਨਹੀਂ ਕਰ ਰਹੇ ਹੈਗੇ ਬਹੁਤ ਮਿੱਟੀ ਘੱਟਾ ਸਾਰਾ ਕੁਛ ਅੰਦਰ ਸਾਡਾ ਹੁੰਦਾ ਨੁਕਸਾਨ ਦੁਕਾਨਦਾਰੀ ਦਾ ਵੀ ਫਰਕ ਪੈ ਰਿਹਾ ਸਾਨੂੰ ਸੈਟੀਆਂ ਮਾ ਕੱਪੜੇ ਸਾਡਾ ਸਾਰਾ ਪਾਣੀ ਦਾ ਉਹ ਹੁੰਦਾ ਨੁਕਸਾਨ ਆ ਜਿਹੜਾ ਪ੍ਰਸ਼ਾਸਨ ਨੇ ਨਵਾਂ ਪਾਈਪ ਇੱਥੇ ਪਾਇਆ ਹੈ ਜਿਹਦੇ ਪਿੱਛੇ 40 ਲੱਖ ਰੁਪਏ ਦਾ ਖਰਚਾ ਕਰਿਆ ਹੈ 6 ਪਾਈਪ ਉੱਥੋਂ ਤੱਕ ਸਿਰੇ ਤੱਕ ਪਾਏ ਨੇ ਇਹ ਪਾਣੀ ਵਾਪਸ ਆ ਰਿਹਾ ਜਾਣ ਦੀ ਬਜਾਏ ਜਿਹਦੇ ਵਾਸਤੇ ਇਹਨੂੰ ਸਾਰਾ ਪੱਟਿਆ ਉਹ ਵਾਪਸ ਪਾਣੀ ਵਾਪਸ ਆ ਰਿਹਾ ਹੈ ਯਾਨੀ ਕਿ ਸਾਰਾ ਪੈਸਾ ਖਰਾਬ ਕਰਕੇ ਗੇਰਤਾ ਕੋਈ ਦੇਖੋ ਕੋਈ ਵੀ ਕੰਮ ਕਿਸੇ ਵੀ ਤਰੀਕੇ ਨਾਲ ਨਹੀਂ ਹੋਇਆ ਇੱਧਰ ਦੇਖੋ ਤੁਸੀਂ ਨਾਲਾ ਹੀ ਬੰਦ ਕੀਤਾ ਹੋਇਆ ਵੀ ਕੋਈ ਸਫਾਈ ਕਰਨ ਆ ਜਾਵੇ ਕੰਮ ਕਰਨ ਤੋਂ ਬਾਅਦ ਕੋਈ ਪੱਕਾ ਕਰਨ ਆ ਜਾਵੇ ਕੋਈ ਇਹਦਾ ਕੋਈ ਲੈਣ ਦੇਣ ਨਹੀਂ ਹੈ ਇਸ ਗੱਲ ਦਾ 40 ਲੱਖ ਦਾ ਟੈਂਡਰ ਸਿਰਫ 4 ਲੱਖ ਰੁਪਏ 'ਚ ਕੰਮ ਕਰਿਆ ਹੋਇਆ ਇਹ ਗਟਰ ਨਵਾਂ ਬਣਿਆ ਇਹੀ ਸਲੈਬ ਪਾਈ ਹੈ ਉੱਪਰ ਇਹਦੇ 'ਚ 50 ਕਿਲੋ ਸਰੀਆ ਪਾਇਆ 10 ਕੱਟੇ ਸਮੇਂਟ ਦੇ ਲੱਗੇ ਨੇ 4 ਰੇੜੀਆਂ ਬਜਰੀ ਦੀ ਲਾ ਕੇ ਜਿਹੜਾ ਇਹਦਾ ਸੀਵਰੇਜ ਦਾ ਢੱਕਣ ਸੀ ਉਹਨੂੰ ਨੀਚੇ ਲੋਹੇ ਦੀ ਉਹ ਵੀ ਨਹੀਂ ਲਾਈ ਗਈ ਸਪੋਰਟ ਕਿ ਇਹ ਢੱਕਣ ਨੀਚੇ ਨਾ ਜਾਵੇ ਸਤਿ ਸ਼੍ਰੀ ਅਕਾਲ ਸਾਰੇ ਆਰਿਆ ਕਾਲਜ ਰੋਡ ਦੇ ਮੇਰੇ ਦੁਕਾਨਦਾਰ ਭਾਈ ਅਤੇ ਰਾਮਬਾਗ ਰੋਡ ਨੂੰ ਜਾਂਦੇ ਹੋਏ ਰਸਤੇ ਦੇ ਸਾਰੇ ਮੇਰੇ ਦੁਕਾਨਦਾਰ ਭਾਈਆਂ ਨੂੰ ਜਿਹੜੀ ਪਿਛਲੇ 1.5 ਮਹੀਨੇ ਤੋਂ ਬਹੁਤ ਵੱਡੀ ਪਰੇਸ਼ਾਨੀ ਜਿਹੜੀ ਇੱਥੇ ਰੋਡ 'ਤੇ ਦੇਖਣ ਨੂੰ ਮਿਲ ਰਹੀ ਹੈ ਉਹਦੇ ਹੱਲ ਬਾਰੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ ਸਾਡੇ ਵਪਾਰੀਆਂ 'ਚ ਇਹ ਹੈ ਵੀ 40 ਲੱਖ ਰੁਪਏ ਦਾ ਇਹ ਟੈਂਡਰ ਹੋਇਆ ਸੀ ਸੁਣਨ ਨੂੰ ਮਿਲ ਰਿਹਾ ਹੈ ਜਿਹੜਾ ਕਿ MC ਨੇ ਪਾਸ ਕੀਤਾ ਸੀ ਇਹ 25 ਸਾਲ ਤੋਂ ਇਹ ਰੋਡ ਨੂੰ ਨਾਲਾ ਇੱਕ ਐਕਸਟਰਾ ਪਾਈਪ ਦੇ ਕੇ ਪਾਣੀ ਕੱਢਣ ਦਾ ਜਿਹੜਾ ਸਮਾਧਾਨ ਬਣਾਇਆ ਸੀ ਉਹ ਕਿਸੇ ਵੀ ਤਰੀਕੇ ਉਹ ਸੁਲਝਿਆ ਨਹੀਂ ਹੈਗਾ ਇੰਨੇ ਪੈਸੇ ਦਾ ਟੈਂਡਰ ਦੇਣ ਤੋਂ ਬਾਅਦ ਇੱਥੇ ਸਾਡੇ ਕੋਲ ਸਾਰਾ ਵੇਰਵਾ ਇੱਕ ਕਿੰਨਾ ਕਿੱਥੇ ਕੰਮ ਹੋਇਆ 4-5 ਲੱਖ ਤਾਂ 3-4 ਲੱਖ ਦਾ ਵੱਧੋ ਵੱਧ ਕੰਮ ਕਰਕੇ ਠੇਕੇ 2 ਠੇਕੇਦਾਰਾਂ ਨੇ ਕੰਮ ਕੀਤਾ ਅਤੇ ਇੱਥੋਂ ਚਲੇ ਗਏ ਕਿਸੇ ਨੇ ਸੁੱਧ ਨਹੀਂ ਲਈ ਇਹਨੂੰ ਪੱਕਾ ਕਰਨ ਦੀ ਕੋਈ ਇੱਥੋਂ ਪੱਥਰ ਚੱਕ ਦੀਏ 2 ਬਾਰਿਸ਼ਾਂ ਨੇ ਦੁਬਾਰਾ ਤੋਂ ਦੁਬਾਰਾ ਸਾਰੀ ਦੁਕਾਨਾਂ 'ਚ ਪਾਣੀ ਵੜਦਾ ਕਰਤਾ ਅਤੇ ਸਾਡੇ ਅੰਦਰ ਇਹੀ ਰੋਸ਼ ਹੈ ਵੀ ਇਹ ਕੰਮ ਸਾਨੂੰ ਕਿਉਂ ਕਰਾਉਣਾ ਪੈਂਦਾ ਵਾਰ ਵਾਰ ਕਿਉਂ ਅਸੀਂ ਇਸ ਪਰੇਸ਼ਾਨੀ ਨੂੰ ਝੇਲ ਰਹੇ ਹਾਂ ਹਾਲਾਂਕਿ ਇਹ ਕੰਮ ਸਾਰਾ MC ਆਫਿਸ ਦਾ ਵੀ ਇਹਨੂੰ ਜੇ ਪੈਸੇ ਖਰਚ ਕੇ ਵੀ ਕੰਮ ਨਹੀਂ ਹੋ ਰਿਹਾ ਇਹਦੇ 'ਚ ਤਾਂ ਸਾਨੂੰ ਪਰੇਸ਼ਾਨੀ ਹੀ ਪਰੇਸ਼ਾਨੀ ਰਹੇਗੀ ਹਮੇਸ਼ਾ ਸਾਡੀ ਬੇਨਤੀ ਹੈ ਸਾਰੇ ਪ੍ਰਸ਼ਾਸਨ ਅੱਗੇ ਕਿ ਇਹਨੂੰ ਜਲਦ ਤੋਂ ਜਲਦ ਦੁਬਾਰਾ ਇਹਦੇ ਉੱਤੇ ਐਕਸ਼ਨ ਲਿਆ ਜਾਏ ਨਹੀਂ ਅਸੀਂ ਦੁਕਾਨਦਾਰ ਭਾਈ ਰਲ ਕੇ ਸਾਰਾ ਇਹਨੂੰ ਜਾਮ ਕਰਾਂਗੇ ਦੁਬਾਰਾ ਦਰਅਸਲ ਸ਼ੁਰੂ ਤੋਂ ਇਹ ਸਿਆਸਤ ਦੇ ਰੰਗ 'ਚ ਰੰਗਿਆ ਹੋਇਆ ਮਾਹੌਲ ਇੱਥੇ ਰਿਹਾ 2 ਪਾਰਟੀ ਦੇ ਪ੍ਰਧਾਨ ਕਿਸੇ ਹੋਰ ਪਾਰਟੀ ਤੋਂ ਨੇ ਅਤੇ ਜਿਹੜੇ ਜਿੰਨੇ ਵੀ MC ਨੇ ਉਹ ਅਲੱਗ ਅਲੱਗ ਪਾਰਟੀਆਂ ਤੋਂ ਨੇ ਇਹਨਾਂ ਨੇ ਆਪਣਾ 25 ਸਾਲ ਦੇ ਕੰਮ ਦਾ ਫਟਾਫਟ ਸ਼ੁਰੂ ਕਰਾਉਣ ਦਾ ਆਪਣੇ ਉੱਤੇ ਜਿੰਮਾ ਲੈਣ ਕਰਕੇ ਇਹਨਾਂ ਨੇ ਰਾਤੋਂ ਰਾਤ ਇਹ ਬਿਨਾਂ ਕਿਸੇ ਤਕਨੀਕ ਤੋਂ ਕੰਮ ਸ਼ੁਰੂ ਕਰਾ ਦਿੱਤਾ ਆ ਕੇ ਫੋਟੋਆਂ ਖਿਚਾਈਆਂ ਆਪਣੀ ਬੱਲੇ ਬੱਲੇ ਕਰਾਉਣ ਨੂੰ ਉਰੇ ਫਟਾਫਟ ਇਹਨੂੰ ਕੰਮ ਨੂੰ ਸ਼ੁਰੂਆਤ ਕਰਤਾ ਉਸ ਤੋਂ ਬਾਅਦ ਕਿਸੇ ਨੇ ਵੀ ਆ ਕੇ ਇਹਦੀ ਸੁੱਧ ਨਹੀਂ ਲਈ ਦੁਕਾਨਦਾਰਾਂ ਨੇ ਇੱਕ ਧਰਨਾ ਦਿਆ ਉਸ ਤੋਂ ਬਾਅਦ ਇਹ ਥੋੜ੍ਹਾ ਜਿਹਾ ਕੰਮ ਚੱਲਿਆ ਕੁਛ ਇੱਟਾਂ ਰੋੜੇ ਗਿਰੇ 2-4 ਲੱਖ ਰੁਪਏ ਦਾ ਕੰਮ ਕਰਕੇ ਜਿਹੜਾ ਅੱਧ ਕੱਚਾ ਕੰਮ ਹੈ ਜਿਹੜਾ ਹੁਣੇ ਹੀ ਸਾਰੀ ਪੋਲ ਖੋਲ ਰਿਹਾ ਹੈ ਕੰਮ ਦੀ ਉਹ ਕਰਕੇ ਲੋਕ ਚਲੇ ਗਏ ਇਹਦੇ ਪੂਰਨ ਰੂਪ ਤੋਂ ਦਿਖ ਰਿਹਾ ਕਿ ਇਹ ਸਿਆਸਤੀ 2 ਪਾਰਟੀਆਂ ਦੇ ਵਿੱਚ ਦਾ ਫਸਿਆ ਹੋਇਆ ਕੰਮ ਹੈ ਜਿਹਨੂੰ ਅਸੀਂ ਦੁਕਾਨਦਾਰ ਰਲ ਕੇ ਭੁਗਤ ਰਹੇ ਹਾਂ